ਲਓ ਜੀ ਬਾਈ ਜੀ, ਅੱਜ ਦੀ ਵੀਡੀਓ ਉਹਨਾਂ ਵੀਰਾਂ ਵਾਸਤੇ ਹੈਗੀ ਜਿਹੜੇ ਮੇਰੇ ਵੀਰ ਬੱਕਰੀ ਪਾਲਣ ਨੂੰ ਸਿੱਖ ਕੇ ਕਰਨਾ ਚਾਹੁੰਦੇ ਨੇ ਅਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਬਾਈ ਜੀ ਕਦੋਂ ਆਗੀ, ਸਾਰੀ ਗੱਲਬਾਤ ਆਪਾਂ ਜਗਦੀਪ ਬਾਈ ਨਾਲ ਕਰ ਦਿਆਂਗੇ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਰਿਆਂ ਤੋਂ ਪਹਿਲਾਂ ਤਾਂ ਵੀਡੀਓ ਵੇਖਣ ਵਾਲੇ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਦੱਸੋ ਬਾਈ ਜੀ ਟ੍ਰੇਨਿੰਗ ਬਾਰੇ। ਟ੍ਰੇਨਿੰਗ ਬਾਰੇ ਇਹ ਹੈ ਬਾਈ ਜੀ, ਹੁਣ ਦੇਖੋ ਕੁਦਰਤੀ ਨਾ ਮੰਡੀ ਦੇ ਵਿੱਚ ਆਪਾਂ ਲੌਂਗੋਵਾਲ ਮੰਡੀ ਦੇ ਵਿੱਚ ਖੜੇ ਹਾਂ ਅਤੇ ਭਰਾ ਮਾਇੰਡ ਨਾ ਕਰਨ, ਜਿਵੇਂ ਹੁਣ ਆਪਾਂ ਦੇਖ ਰਹੇ ਹਾਂਗੇ ਵੀ ਆਹ ਬੱਕਰੀ ਹੈ ਅਤੇ ਆਹ ਸੰਗਲ ਆ, ਬੱਕਰੀ ਅਤੇ ਸੰਗਲ ਦਾ ਕੋਈ ਮੇਲ ਨਹੀਂ ਹੈਗਾ, ਠੀਕ ਹੈ। ਇਸ ਲਈ ਇਹੀ ਚੀਜ਼ਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਬੱਕਰੀ ਪਾਲਣ ਟ੍ਰੇਨਿੰਗ ਦੇ ਵਿੱਚ ਦੱਸੀਆਂ ਜਾਂਦੀਆਂ, ਜਿਨ੍ਹਾਂ ਦੀ ਮੈਨੇਜਮੈਂਟ ਦੇ ਕਾਰਨ, ਛੋਟੀਆਂ ਛੋਟੀ ਮੈਨੇਜਮੈਂਟ ਦੇ ਕਾਰਨ ਬੱਕਰੀ ਪਾਲਕ ਇੱਕ ਸਫਲ ਬੱਕਰੀ ਪਾਲਕ ਬਣ ਜਾਂਦਾ, ਠੀਕ ਹੈ ਨਾ। ਨਿੱਕੀਆਂ ਨਿੱਕੀਆਂ ਕਮੀਆਂ ਦੇ ਕਾਰਨ ਕਦੇ ਵੀ ਤੁਸੀਂ ਦੇਖ ਲਓ ਆਏ ਥੋੜ੍ਹੀ ਆ ਵੀ ਅੱਜ 100 ਦੀ 100 ਬੱਕਰੀ ਮਰ ਗਈ, ਨਹੀਂ ਮਰਦੀ। ਪਹਿਲਾਂ ਕਮੀ ਹੋਊ, ਬਿਮਾਰ ਹੋਊ ਪਸ਼ੂ, ਫਿਰ ਬੱਕਰੀ ਇੱਕ ਨਾ ਕੁ ਮਰੂ, ਫਿਰ 2 ਮਰਨਗੇ, ਫਿਰ ਜ਼ਿਆਦਾ ਬਿਮਾਰੀ ਹੋ, ਫਿਰ ਮਰਨ ਲੱਗਣਗੇ। ਠੀਕ ਹੈ, ਮਰਦੀਆਂ ਕਿਉਂ ਨੇ ਬਾਈ ਜੀ ਬੱਕਰੀਆਂ? ਜੇ ਆਪਾਂ ਦੱਸੀਏ ਨਾ, ਪਿੱਛੇ ਜਾ ਹੋਇਆ ਇੱਕ ਬਾਈ ਦਾ ਵੀ ਨਾ 100 ਦੀਆਂ 100 ਹੀ ਮਰ ਗਈਆਂ। ਮੈਂ ਇੰਨੀ ਕੁ ਮਰੀਆਂ ਹੋਣਗੀਆਂ, ਮੈਂ ਇੰਨੀ ਕੁ ਗਰੰਟੀ ਦਿੰਦਾ ਜੀ, ਉਹ ਕੀ ਹੋਇਆਗਾ, ਬਹੁਤ ਸਾਰੇ ਕੇਸ ਨੇ ਇੱਦਾਂ ਦੀ ਵੀਡੀਓ ਦੇਖਣ ਨੂੰ ਮਿਲਦੀ ਆ, ਜਿਵੇਂ ਹੁਣ ਉਹਨਾਂ ਨੇ ਕਿਹਾ ਵੀ ਸਾਡੇ ਜੀ 20 ਨਾਗ ਰਹਿ ਗਏ, 100 ਮਰ ਗਏ, 80 ਮਰ ਗਏ, 80 ਮਰ ਗਏ। ਇੱਦਾਂ ਦੇ ਕੇਸ ਦੇ ਵਿੱਚ ਕੀ ਹੁੰਦਾ, ਦੇਖੋ ਮੈਂ ਡਾਕਟਰ ਨੂੰ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਇੱਕ ਤਾਂ ਉਹਨੂੰ ਮਤਲਬ ਬਿਮਾਰੀ ਆ ਜਾਂਦੀ ਆ, ਜਦੋਂ ਜਿਹੜੀ ਬਿਮਾਰੀ ਆ ਗਈ ਉਹਨੂੰ ਕੰਟਰੋਲ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ, ਕਿਸੇ ਡਾਕਟਰ ਦੇ ਬਸ ਨਹੀਂ ਗੱਲ ਹੁੰਦੀ। ਡਾਕਟਰ ਦਾ ਕੰਮ ਕੀ ਹੁੰਦਾ? ਇਕੱਲੀ ਟ੍ਰੀਟਮੈਂਟ ਕਰਨਾ, ਟ੍ਰੀਟਮੈਂਟ ਕਰਨਾ। ਮੇਨ ਗੱਲ ਕੀ ਹੁੰਦੀ ਆ, ਜਦੋਂ ਤੁਸੀਂ ਇੱਕ ਤਾਂ ਟ੍ਰੀਟਮੈਂਟ ਐਂਟੀਬਾਇਓਟਿਕ ਵਗੈਰਾ ਸਟਰੋਂਗ ਡਾਕਟਰ ਨੇ ਲਾਉਣੇ ਆ, ਪਹਿਲਾਂ ਤਾਂ ਜਾਨਵਰ ਭੁੱਖ ਛੱਡ ਗਿਆ, ਠੀਕ ਹੈ, ਉਦੋਂ ਬਾਅਦ ਸਟਰੋਂਗ ਐਂਟੀਬਾਇਓਟਿਕ ਲੱਗ ਗਿਆ, ਉਦੋਂ ਬਾਅਦ ਜਾਨਵਰ ਕੁਛ ਪਰਸੈਂਟ ਭੁੱਖ ਨਾਲ ਮਰਨਾ ਸ਼ੁਰੂ ਹੋ ਗਿਆ, ਕੁਛ ਪਰਸੈਂਟ ਉਹ ਦਵਾਈਆਂ ਨਾਲ ਮਰਨਾ ਸ਼ੁਰੂ ਹੋ ਗਿਆ, ਲੀਵਰ ਖਤਮ ਹੋਣ ਲੱਗ ਗਿਆ, ਹੌਲੀ ਹੌਲੀ ਇੰਨਾ ਸਟਰੋਂਗ ਆਪਾਂ ਐਂਟੀਬਾਇਓਟਿਕ ਉਹਨਾਂ ਦੇ ਲਵਾ ਦਿੰਦੇ ਹਾਂ, ਆਪਾਂ ਨਿਰਭਰ ਹੋ ਜਾਂਦੇ ਹਾਂ 99% ਡਾਕਟਰਾਂ ਦੇ ਉੱਤੇ ਵੀ ਜੇ ਬੱਕਰੀ ਫਾਰਮ ਦੇ ਵਿੱਚ ਬਿਮਾਰੀ ਆ ਗਈ ਤਾਂ ਉਹ ਆਪਾਂ ਡਾਕਟਰ ਨੂੰ ਬੁਲਾਓ, ਛੇਤੀ ਉਹਦੇ ਬੋਤਲਾਂ ਟੀਕੇ ਲਵਾਓ। ਕਦੇ ਇੱਕ ਗੱਲ ਦੇਖੀ, ਆਪਾਂ ਕੋਈ ਵੀ ਮਰੀਜ਼ ਆ ਉਹਨੂੰ ਪਹਿਲਾਂ ਆਪਾਂ ਹਸਪਤਾਲ ਲਿਜਾ ਕੇ ਦਾਖਲ ਕਿਉਂ ਕਰਦੇ ਹਾਂ? ਉਹਦਾ ਕਾਰਨ ਇਹ ਆ ਵੀ ਦਾਖਲ ਜਦੋਂ ਕਰਾਂਗੇ ਉਹ ਰੈਸਟ ਸ਼ੁਰੂ ਕਰੂ ਪਹਿਲਾਂ ਤਾਂ, ਉਹਨੂੰ ਚੰਗੀ ਫੂਡ ਮਿਲਣ ਲੱਗ ਜੂ, ਚੰਗੀ ਉਹਦੀ ਦੇਖਭਾਲ ਹੋਣ ਲੱਗ ਜੂ, ਉਦੋਂ ਬਾਅਦ ਦਵਾਈ ਕੰਮ ਕਰੂ। ਆਪਣਾ ਬੱਕਰੀ ਤੇ ਕੀ ਕਰਦੇ ਆਪਾਂ? ਸਿੱਧੀ ਇਕੱਲੀ ਦਵਾਈ ਕੰਮ ਕਰਾਉਣਾ, ਠੀਕ ਆ। ਸਭ ਤੋਂ ਪਹਿਲਾਂ ਇਹਦੀ ਡਾਇਟ ਬਦਲੋ, ਡਾਇਟ ਬਦਲ ਕੇ ਇਹਦੀ ਖੁਰਾਕ ਤੇ ਧਿਆਨ ਰੱਖੋ, ਮੈਨੇਜਮੈਂਟ ਸੁੱਕਾ ਰੱਖੋ, ਥੱਲੋਂ ਪੂਰਾ ਸੁੱਕਾ ਰੱਖੋ, ਬਿਮਾਰੀ ਨੂੰ ਆਉਣ ਤੋਂ ਰੋਕੋ ਪਹਿਲਾਂ। ਜਦੋਂ ਬਿਮਾਰੀ ਆਉਣ ਤੋਂ ਰੋਕ ਗਏ ਤੁਹਾਨੂੰ 1 ਰੁਪਈਏ ਦੀ ਦਵਾਈ ਲਾਉਣ ਦੀ ਵੀ ਲੋੜ ਨਹੀਂ, ਠੀਕ ਹੈ। 8 ਤੋਂ 9 ਸਾਲ ਹੋ ਗਏ, ਰਿਕਾਰਡ ਚੈੱਕ ਕਰ ਸਕਦੇ ਹੋ। ਮੈਂ ਕਹਿੰਦਾ ਵੀ ਸਾਲ ਦੇ ਵਿੱਚ 2 ਜਾਂ 4 ਹਜ਼ਾਰ ਤੋਂ ਵੱਧ ਦੀ ਦਵਾਈ ਨਹੀਂ ਕਦੇ ਲਾਈ, ਠੀਕ ਹੈ ਜੀ। ਸਿਰਫ ਮੈਨੇਜਮੈਂਟ, ਜਦੋਂ ਬਿਮਾਰੀ ਆ ਗਈ ਉਦੋਂ ਦਵਾਈ ਮੈਡੀਕਲੀ ਵੀ ਲੌਸ ਕਰੂਗੀ ਅਤੇ ਪਸ਼ੂਆਂ ਦਾ ਵੀ ਲੌਸ ਕਰੂ। ਇਸੇ ਲਈ ਮੈਨੇਜਮੈਂਟ ਦੀਆਂ ਗੱਲਾਂ, ਬਰੀਡਿੰਗ ਦੀਆਂ ਗੱਲਾਂ, ਸ਼ੈੱਡ ਕਿੱਦਾਂ ਪਾਉਣਾ, ਫਾਰਮ ਕਿੱਦਾਂ ਪਾਉਣਾ, ਕਿੱਦਾਂ ਪਸ਼ੂ ਪਾਲਣ ਦੇ ਕੰਮ ਕਰਨਾ, ਉਹ ਸਾਰਾ ਜਾਣਕਾਰੀ ਦੱਸੀ ਜਾਊ 24-25 ਤਰੀਕ ਨੂੰ। 24-25 ਤਰੀਕ ਨੂੰ ਬਾਈ ਜੀ, ਕਿਉਂਕਿ ਇਹ ਬਾਈ ਜੀ ਥੋੜ੍ਹੀਆਂ ਵੱਡੀਆਂ ਗੱਲਾਂ ਨੇ, ਵੱਡੀਆਂ ਗੱਲਾਂ ਨੇ, ਲੰਮੀਆਂ ਗੱਲਾਂ, ਟਾਈਮ ਚਾਹੀਦਾ ਹੈਗਾ। ਮੈਂ ਕਹਿੰਦਾ ਵੀ ਉਹ ਗੱਲਾਂ ਤਾਂ ਕਦੇ ਮੈਂ ਵੀਡੀਓ ਦੇ ਵਿੱਚ ਦੱਸੀ ਨਹੀਂ ਜਿਹੜੀਆਂ ਟ੍ਰੇਨਿੰਗ ਦੇ ਵਿੱਚ ਨੇ, ਠੀਕ ਆ। ਤੁਸੀਂ ਇੱਕ ਗੱਲ ਦੇਖੋ ਵੀ 35-40 ਆਪਣੇ ਪਾਰਟ ਬਣ ਚੁੱਕੇ ਨੇ, ਉਹ ਪਾਰਟ ਦੇ ਵਿੱਚ ਟ੍ਰੇਨਿੰਗ ਦਾ ਕੋਈ ਲੈਣਾ ਦੇਣਾ ਨਹੀਂ, ਠੀਕ ਆ। ਟ੍ਰੇਨਿੰਗ ਦਾ ਸਾਰਾ ਸਿਲੇਬਸ ਅਲੱਗ ਹੈ, ਉਹ ਸਿਲੇਬਸ ਤੋਂ ਬਿਨਾਂ ਤੁਸੀਂ ਬੱਕਰੀ ਪਾਲਣ ਨਾ ਕਰੋ। ਲਓ ਜੀ ਬਾਈ ਜੀ, ਚੱਕ ਲਓ ਫੋਨ, ਸਕਰੀਨ 'ਤੇ ਨੰਬਰ ਹੈਗੇ ਅਤੇ ਆਪਣੀ ਸੀਟ ਤੁਸੀਂ ਬੁੱਕ ਕਰ ਸਕਦੇ ਹੋ। 24 ਅਤੇ 25 ਫਰਵਰੀ 24 ਅਤੇ 25 ਫਰਵਰੀ ਨੂੰ ਜ਼ਰੂਰ ਪਹੁੰਚੋ ਬਾਈ ਜੀ, ਜਿਹੜੇ ਮੇਰੇ ਵੀਰਾਂ ਨੇ ਟ੍ਰੇਨਿੰਗ ਲਈ। ਇੱਕ ਗੱਲ ਦੀ ਗਰੰਟੀ ਦੇਵਾਂਗੇ, ਪੂਰਾ ਟਾਰਗੇਟ ਸਮਝਾਵਾਂਗੇ ਤੁਹਾਨੂੰ ਵੀ ਬਿਨਾਂ ਲੋਨ ਤੋਂ ਕਿਵੇਂ ਕੰਮ, ਬਿਨਾਂ ਲੋਨ ਤੋਂ ਜਮਾਂ, ਚਾਹੇ ਤੁਹਾਡੇ ਕੋਲ 10 ਜਾਨਵਰ ਹੋਣ, ਤੁਸੀਂ ਨੀਂਦ ਪੂਰੇ ਚੈਨ ਦੀ ਸੌਵੋ। ਇਹ ਨਾ ਹੋਵੇ ਵੀ ਤੁਸੀਂ ਲੋਨ ਵਾਲੇ ਤੁਹਾਡੇ ਕੋਲ ਘਰੇ ਆ ਜਾਣ, ਜਾਨਵਰ ਕੁਦਰਤੀ ਮਰੇ ਹੋਣ। ਸਹੀ ਗੱਲ ਹੈ ਨਾ, ਠੀਕ ਆ। ਲੋਨ ਦੀ ਟੈਨਸ਼ਨ ਨਹੀਂ ਲੈਣੀ, ਬਿਨਾਂ ਲੋਨ ਤੋਂ ਕਿੱਦਾਂ ਬੱਕਰੀ ਪਾਲਣ ਕਰਨਾ ਉਹਦੇ ਬਾਰੇ ਗਾਈਡਿੰਗ ਕੀਤਾ ਜਾਊਗਾ। ਲਓ ਜੀ ਬਾਈ ਜੀ, ਗੌਰ ਕਰੋ ਗੱਲਾਂ ਦੇ ਉੱਪਰ, ਅਤੇ ਸਕਰੀਨ 'ਤੇ ਨੰਬਰ ਹੈਗੇ ਨੇ, ਆਪਣੀ ਸੀਟ ਤੁਸੀਂ ਬੁੱਕ ਕਰਾ ਸਕਦੇ ਹੋਗੇ।
ਕਿੰਨੀ ਫੀਸ ਆ ਬਾਈ ਟ੍ਰੇਨਿੰਗ ਦੀ? ਉਹਦੀ ਟੋਟਲ ਫੀਸ ਬਾਈ ਜੀ 3000 ਰੁਪਈਆ, ਠੀਕ ਹੈ, ਜਿਹਦੇ ਵਿੱਚ ਖਾਣਾ ਪੀਣਾ ਰਹਿਣਾ, ਜਿਹੜੇ ਵੀਰ ਨੇ ਰਹਿਣਾ ਨਹੀਂ ਉਹਦੀ 2500 ਰੁਪਈਆ, ਉਹਦੀ 2500 ਰੁਪਈਆ, ਹਾਂਜੀ ਹਾਂਜੀ, ਠੀਕ ਹੈ ਬਾਈ ਜੀ, ਧੰਨਵਾਦ, ਧੰਨਵਾਦ।